ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਹੁਣ ਬਠਿੰਡਾ ਹਲਕੇ 'ਚ ਦਿਖੇਗਾ ਸਾਲਿਆਂ ਦਾ ਭੇੜ। ਚਰਨਜੀਤ ਭੁੱਲਰ ਲਿਖਦਾ, ਮਜੀਠੀਆਂ ਨੂੰ ਭਜਾ ਦਿਆਂਗੇ ਜੋ ਜੋ ਕਹਿੰਦਾ। ਬਠਿੰਡਾ 'ਚ ਸਾਲਿਆਂ ਦੀ ਤਿੱਕੜੀ ਦੀ ਚਰਚਾ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਬਠਿੰਡਾ ਹਲਕੇ 'ਚ ਹੁਣ ਸਾਲਿਆਂ ਦਾ ਭੇੜ ਦਿਖੇਗਾ। ਬਠਿੰਡਾ ਹਲਕੇ 'ਚ ਤਿੰਨ ਸਾਲੇ ਨਾਲੋਂ ਨਾਲ ਕੁੱਦੇ ਹੈ, ਜਿਨ੍ਹਾਂ ਲਈ ਇਹ ਚੋਣ ਮੁੱਛ ਦਾ ਸਵਾਲ ਹੈ। ਪਹਿਲੀ ਦਫ਼ਾ ਜਦੋਂ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਚੋਣ ਲੜੀ ਸੀ ਤਾਂ ਉਦੋਂ ਬਠਿੰਡਾ 'ਚ ਬਿਕਰਮ ਸਿੰਘ ਮਜੀਠੀਆ ਦੇ ਪੈਰ ਪਏ ਸਨ। ਗੱਠਜੋੜ ਸਰਕਾਰ ਦੇ 10 ਵਰ੍ਹਿਆਂ ਦੌਰਾਨ ਬਠਿੰਡਾ ਖੇਤੇ 'ਚ ਮਜੀਠੀਆ ਦੀ ਫਲੈਕਸਾਂ ਅਤੇ ਪੋਸਟਾਂ 'ਤੇ ਚੌਧ ਰਹੀ ਸੀ। ਜਦੋਂ ਮਨਪ੍ਰੀਤ ਬਾਦਲ ਨੇ ਬਠਿੰਡਾ ਹਲਕੇ 'ਚ ਪੈਰ ਧਰਿਆ ਤਾਂ ਜੈਜੀਤ ਜੌਲ ਉਰਫ ਜੋਜੋ ਜੌਲ ਇਸ ਹਲਕੇ ਦਾ ਲੈਫਟੈਨ ਬਣ ਗਿਆ। 2 ਵਰ੍ਹਿਆਂ ਤੋਂ ਬਠਿੰਡਾ ਸ਼ਹਿਰੀ ਹਲਕੇ 'ਚ ਜੋਜੋ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਹੈ। ਫਲੈਕਸਾਂ 'ਤੇ ਜੋ ਥਾਂ ਕਿਸੇ ਵੇਲੇ ਮਜੀਠੀਆ ਨੂੰ ਮਿਲਦੀ ਸੀ ਉਹ ਜੋਜੋ ਨੂੰ ਮਿਲਣ ਲੱਗੀ ਹੈ। ਜਦੋਂ ਬਠਿੰਡਾ ਹਲਕੇ ਤੋਂ ਹੁਣ ਰਾਜਾ ਵੜਿੰਗ ਨੂੰ ਟਿਕਟ ਮਿਲੀ ਹੈ ਤਾਂ ਉਹਨਾਂ ਦੇ ਰਿਸ਼ਤੇਦਾਰ ਯਾਨੀ ਉਹਨਾਂ ਦੇ ਸਾਲਾ ਨੇ ਕਮਾਨ ਸਾਂਭ ਲਈ ਹੈ। ਬਿਕਰਮ ਮਜੀਠੀਆ ਨੇ 2 ਦਿਨਾਂ ਤੋਂ ਬਠਿੰਡਾ ਸ਼ਹਿਰ 'ਚ ਮੋਰਚਾ ਲਾ ਰੱਖਿਆ। ਲਾਈਨੋਂ ਪਾਰ ਦੇ ਮੁਹੱਲਿਆਂ ਵਿੱਚ ਨੁੱਕੜ ਮੀਟਿੰਗਾਂ ਕਰ ਰਹੇ ਹੈ। ਮਜੀਠੀਆ ਨੇ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੂੰ ਪੂਰੇ ਗਪੌੜੀ ਦੱਸਿਆ। ਉਹਨਾਂ ਕਿਹਾ ਕਿ ਬਠਿੰਡਾ ਹਲਕੇ ਦੇ ਲੋਕਾਂ ਨੇ ਹੁਣ ਚੋਣ ਕਰਨੀ ਹੈ, ਇੱਕ ਪਾਸੇ ਗੱਪੀ ਹੈ ਦੂਜੇ ਪਾਸੇ ਸੱਚੇ ਹੈ। ਔਰ ਦੱਸਦੇ ਹੈ ਕਿ ਮਜੀਠੀਆ ਐਤਕੀ ਬਠਿੰਡਾ ਹਲਕੇ ਵਿੱਚ ਕੁਛ ਦਿਨ ਜ਼ਿਆਦਾ ਲਾਉਣਗੇ। ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਯਾਨੀ ਸਾਲੇ ਜੋਜੋ ਜੌਹਲ ਨੇ ਤਾਂ ਜਨਤਕ ਤੌਰ 'ਤੇ ਮਜੀਠੀਆ ਨੂੰ ਚੁਣੌਤੀ ਦਿੱਤੀ ਹੈ। ਜੋਜੋ ਨੇ ਲਲਕਾਰ ਮਾਰੀ, ਮਜੀਠੀਆ ਆਪਣੇ ਬੰਦੇ ਲੈ ਕੇ ਬਠਿੰਡੇ ਆਇਆ, ਸੰਭਲ ਕੇ ਰਹੇ, ਮਾਝੇ 'ਚ ਭਜਾ ਦਿਆਂਗੇ। ਹੁਣ ਮਜੀਠੀਆ ਵੀ ਇਹਦਾ ਜਵਾਬ ਦੇਣਗੇ। ਮਜੀਠੀਆ ਨੇ ਪਿਛਲੇ ਸਮੇਂ ਦੌਰਾਨ ਜੋਜੋ ਜੌਹਲ ਨੂੰ ਨਿਸ਼ਾਨਾ ਬਣਾਇਆ ਸੀ, ਤਾਂਹੀਓ ਜੋਜੋ ਜੌਹਲ ਨੇ ਬਠਿੰਡਾ ਦੀ ਅਦਾਲਤ 'ਚ ਬਾਕੀਆਂ ਤੋਂ ਇਲਾਵਾ ਮਜੀਠੀਆ ਖਿਲਾਫ਼ ਤੌਹੀਨ ਦਾ ਕੇਸ ਦਰਜ ਕਰਾਇਆ ਸੀ। ਇਹਨਾਂ 2 ਰਿਸ਼ਤੇਦਾਰਾਂ ਵਿੱਚ ਆਉਂਦੇ ਦਿਨਾਂ 'ਚ ਸਿਆਸੀ ਜੰਗ ਹੋਰ ਛਿੜੇਗੀ। ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦਾ ਰਿਸ਼ਤੇਦਾਰ ਵੀ ਬਠਿੰਡਾ ਹਲਕੇ 'ਚ ਚੋਣ ਪ੍ਰਚਾਰਾਂ 'ਤੇ ਹੈ। ਉਹਨਾਂ ਨੇ ਬਠਿੰਡਾ ਸ਼ਹਿਰੀ ਹਲਕਾ ਸਾਂਭਿਆ ਹੋਇਆ ਹੈ। ਭਾਵੇਂ ਹਰ ਹਲਕੇ ਵਿੱਚ ਉਮੀਦਵਾਰਾਂ ਦੇ ਨੇੜਲੇ ਰਿਸ਼ਤੇਦਾਰ ਮਦਦ ਲਈ ਕੁੱਦਦੇ ਨੇ, ਪਰੰਤੂ ਬਠਿੰਡਾ ਹਲਕੇ ਵਿੱਚ ਨੇੜਲੇ ਰਿਸ਼ਤੇਦਾਰਾਂ ਦੀ ਭੇਡ ਦੇਖਣ ਵਾਲਾ ਹੋਵੇਗਾ। ਬਠਿੰਡਾ ਦੇ ਸਿਆਸੀ ਲੋਕ 2 ਦਿਨਾਂ ਤੋਂ ਚਰਚੇ ਕਰ ਰਹੇ ਹੈ ਕਿ ਹਲਕੇ ਵਿੱਚ ਹੁਣ 1 ਨਹੀਂ 3-3 ਸਾਲੇ ਪੁੱਜ ਗਏ ਅਤੇ ਮੈਦਾਨੇ ਕੁੱਦ ਗਏ। ਇਸ ਵਾਰ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਨੇ, ਜਿਸ ਕਰਕੇ ਮਜੀਠੀਆ ਜ਼ਿਆਦਾ ਸਮਾਂ ਬਠਿੰਡਾ ਵਿੱਚ ਦਿਖਣਗੇ। ਜਾਣਕਾਰੀ ਅਨੁਸਾਰ ਬਠਿੰਡਾ ਪੰਜਾਬ ਦਾ ਅਹਿਮ ਹਲਕਾ ਹੈ, ਜਿੱਥੇ ਅਹਿਮ ਮੁਕਾਬਲਾ ਹੋਣ ਦੇ ਆਸਾਰ ਨੇ। ਹਰ ਪਾਰਟੀ ਦੇ ਉਮੀਦਵਾਰ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇੱਥੋਂ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਪਹਿਲਾਂ ਵੀ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਜ਼ਿਕਰਯੋਗ ਹੈ ਉਮੀਦਵਾਰਾਂ ਉੱਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਦੇ ਵੀ ਚੋਣ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਦੱਸੀ ਜਾ ਰਹੀ ਹੈ। ਪੰਜਾਬ ਡਾਇਰੀ ਹੁਣ ਫੇਸਬੁੱਕ ਤੇ ਵੀ, ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਬਸ ਸਰਚ ਕਰੋ ਪੰਜਾਬ ਡਾਇਰੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ।